अस्सलाम वालेकुम, मैं साजिद इकबाल तो सबसे पे यूट्यूब चैनल शहजादा सोया ते साडे चैनल नु सब्सक्राइब करे सो, लाइक करे सो, शेयर करे सो, अच्छे कमेंट करे सो। ते पता तनु के पिछले भी लागे तो सबे क्यों सी कल मैं दवाई ले बन गया सो डॉक्टर को। ते डॉक्टर साहब और कही के डॉक्टर साहब दई मु साबण नाल धो के लावण यूट्यूब तो नहीं के ना ये टूब दी के डॉक्टर साहब और के साबण नाल अच्छे तरह मुंह धो के ये टूब लावणी मुंह धो के टूब लेने। मैं हुणे उठी जां तकरीबन टाइम हो गया नौ दा, फ्रेश होके टूब शूब ला के ते फिर करदे हां व्लॉग शुरू। कल ले व्लॉग के तुहानूं मैं कोई नहीं दस्सिया ते मैं चीज़ लैके आया सो तुहानूं मैं विखाई ना। ਅਤੇ ਮੈਂ ਲੈ ਕੇ ਆਇਆ ਸਟੈਟ। ਇੱਥੇ ਨਾ ਵੀਡੀਓ ਐਡੀਟਿੰਗ ਕਰਨ ਦੀ ਵਜ੍ਹਾ ਤੋਂ ਥੋੜ੍ਹਾ ਜਿਹਾ ਮਸਲਾ ਬਣਦਾ ਸੀ, ਹੱਥ ਥੱਕ ਜਾਂਦੇ ਆ। ਉਹ ਮੈਂ ਲੈ ਆਉਂਦਾ ਕਿ ਇਸ ਸਾਈਡ 'ਤੇ ਮੋਬਾਈਲ ਇੱਥੇ ਰੱਖ ਕੇ ਨਾ ਬੰਦਾ ਵੀਡੀਓ ਐਡੀਟਿੰਗ ਕਰ ਸਕਦਾ, ਜਾਂ ਮੋਬਾਈਲ ਚਾਰਜਿੰਗ ਵਗੈਰਾ ਲਾ ਕੇ ਰੱਖ ਦੇਵੇ ਅਤੇ ਮੋਬਾਈਲ ਚਾਰਜਿੰਗ ਹੋ ਜਾਂਦਾ। ਅਤੇ ਇਸ ਮੇਰਾ ਸਲਾਹ ਹੈ ਕਿ ਇਹ ਥੱਲੇ ਵਾਲਾ ਰੰਗ ਹੋਇਆ ਅਤੇ ਉੱਤੇ ਵਾਲਾ ਰੰਗ ਕੋਈ ਨਹੀਂ ਹੋਇਆ, ਇਹ ਜੈਨਵਾ ਨੇਵੀ ਆ। ਅਤੇ ਮੈਂ ਇਹ ਗੱਲ ਕਰਦਾ ਸੀ, ਮੈਂ ਸੋਚਿਆ ਕਿ ਇਹ ਮੇਰੇ ਕੋਲ ਰੰਗ ਪਿਆ ਹੈ ਲਾਲ ਕਲਰ ਦਾ, ਮੈਂ ਨਾ ਇਹਦੇ ਉੱਤੇ ਕਰ ਦਿੰਦੇ ਹਾਂ ਅਤੇ ਜ਼ਿਆਦਾ ਖੂਬਸੂਰਤ ਲੱਗ ਸੀ। ਅਤੇ ਇਹਨੂੰ ਖੁੱਲ੍ਹਦੇ ਹਾਂ, ਖੋਲ੍ਹ ਕੇ ਇਹਨੂੰ ਪੇਂਟ ਕਰਕੇ ਅਤੇ ਦੁਬਾਰਾ ਫਿੱਟ ਕਰਦੇ ਹਾਂ। ਮੈਨੂੰ ਤੁਸਾਂ ਕਮੈਂਟ 'ਚ ਹੀ ਦੱਸਣਾ ਹੈ ਕਿ ਇਹ ਕਲਰ ਠੀਕ ਆ ਹੀ ਪਹਿਲੇ ਵਾਲਾ, ਜਾਂ ਮੈਂ ਦੂਆ ਕਲਰ ਕਰਦਾ ਪਿਆ ਉਹ ਠੀਕ ਹੈ ਪਿਆ। ये सर तो हो गया, सर तो भी हो गया, बस ये रह गया थोड़ी खुश हो जाता उसके बाद फिर करके ना। ਸਟੈਂਡ ਦੇ ਥੱਲੇ ਹੈ ਪਿਆ ਬਲੈਕ ਕਲਰ, ਉੱਤੇ ਕੀਤਾ ਰੈੱਡ ਕਲਰ। ਇਹ ਕਾਬਲੇ ਹਨ ਮੇਰੇ ਕੋਲ, ਮੈਂ ਕਿਹਾ ਚਲੋ ਕਿਉਂ ਨਾ ਤਿੰਨ ਕਲਰ ਹੋ ਜਾ ਸਾਨੂੰ ਬੜਾ ਪਿਆਰਾ ਲੱਗ ਸੀ। ਇਹਨੇ ਨਟ ਜਿਹੜੇ ਨੇ ਮੈਂ ਕਿਹਾ ਚਲੋ ਇਹ ਸੁਨਹਿਰੀ ਕਲਰ ਦੇ ਕਰ ਦਿੰਦੇ ਹਾਂ ਅਤੇ ਜ਼ਿਆਦਾ ਖੂਬਸੂਰਤ ਲੱਗ ਸੀ। ਇਵੇਂ ਤਾਂ ਪਿਆ ਕਲਰ ਸੁਣ, ਬੜਾ ਪਿਆਰਾ ਕਲਰ ਹੈ ਇਹ, ਜਿਵੇਂ ਮੇਰੇ ਹੱਥ 'ਤੇ ਲੱਗ ਗਿਆ ਨਾ ਨੌਂ 'ਤੇ, ਇਹੋ ਕਲਰ ਹੈ ਪਿਆ, ਬੜਾ ਪਿਆਰਾ ਕਲਰ ਹੈ। ਸਟੈਂਡ ਦੀ ਫਿਟਿੰਗ ਕਰ ਦਿੱਤੀ, ਹੁਣ ਤੁਸੀਂ ਦੱਸੋ ਕਿਵੇਂ ਲੱਗਦਾ ਪਿਆ, ਕਮੈਂਟ 'ਚ ਦੱਸੋ ਫਰੇਮ ਕਿਵੇਂ ਬਣਿਆ। ਥੱਲੇ ਬਲੈਕ, ਉੱਤੇ ਰੈੱਡ ਲਾਲ, ਸੁਨਹਿਰੀ, ਕਿਵੇਂ ਸਟੈਂਡ। ਮੈਂ ਜੀ ਘਰੋਂ ਨਿਕਲਿਆ ਅਤੇ ਜਾ ਰਿਹਾ ਸ਼ਹਿਰ, ਸਾਡੇ ਨਾਲ ਨਾਲ ਦੱਸੋ ਅੱਜ ਤੁਹਾਨੂੰ ਇੱਕ ਸਿੰਗਰ ਨਾਲ ਮੁਲਾਕਾਤ ਕਰਵਾਈ ਹੈ। ਅੱਜ ਦੀ ਵੀਡੀਓ ਬਹੁਤ ਕਮਾਲ ਸੀ ਅਤੇ ਸਾਡੇ ਨਾਲ ਨਾਲ ਦੱਸੋ ਜੀ। ਜਨਾਬ ਮੈਂ ਕਰਮਪੁਰ ਪਹੁੰਚਿਆ ਅਤੇ ਤੁਹਾਨੂੰ ਤਾਰਫ ਕਰਵਾਈ ਹੈ ਬਾਬਾ ਰਸ਼ੀਦ ਚਾਚੜ ਸਾਹਿਬ ਸ਼ਹਿਰ ਸਾਹਿਬ ਅਤੇ ਆਨੰਦ ਨਾਥ। ਬਿਸਮਿਲ੍ਲਾਹਿਰਰਹਿਮਾਨ ਰਹੀਮ, ਮੈਂ ਮਸ਼ਹੂਰ ਹਾਂ ਸਾਜਦ ਸਾਹਿਬ ਦਾ, ਜਿਹੜੇ ਸਾਡੇ ਕੋਲ ਆਏ ਬੜੇ ਮੁਹੱਬਤ ਵਾਲੇ ਜੀ ਹੈ, ਉਹਨਾਂ ਦੀ ਅਜ਼ਮਤ ਨੂੰ ਸਲਾਮ ਕਰਦੇ ਹਾਂ। ਅਤੇ ਇਹ ਸ਼ਹਿਜ਼ਾਦਾ ਸੋਹੀਆ ਚੈਨਲ ਯੂਟਿਊਬ ਚੈਨਲ ਇਹਨਾਂ ਦਾ, ਉਹਨੂੰ ਸਬਸਕ੍ਰਾਈਬ ਕਰ ਸੋ ਅਤੇ ਨਾਲੇ ਉਹ ਇਮੰਟ ਸੋ ਅਤੇ ਦੋਸਤਾਂ ਦੇ ਮਸ਼ਹੂਰ ਹੈ। ਅਤੇ ਜਨਾਬ ਸੋਹੀਆ ਸਾਹਿਬ ਦੀ ਆਮਦ 'ਤੇ ਇੱਕ ਜਿਵੇਂ ਨਾ ਪਿਆਰੀ ਜੀ ਗਜ਼ਲ ਅਤੇ ਨਜ਼ਰਾਂ 'ਚ ਕਰਸਾਂ, ਜਿਹੜਾ ਜ਼ਮੀਨ ਦੇ ਦੋਸਤ ਪਸੰਦ ਕਰਸੇ ਹਨ, ਸਾਂਝਾ ਮੁਕਾ ਕੇ ਰਜਿਆ ਨਹੀਂ, ਸਾਂਝਾ ਮੁਕਾ ਕੇ ਰਜਿਆ ਨਹੀਂ, ਸਾਂਘਾ ਪੁਣਾ ਕੇ ਰਜਿਆ ਨਹੀਂ, ਉਹ ਮੇਰੇ ਪਿੱਛੂ ਇੰਝ ਤੂੰ ਲੱਗੇ ਘਰ ਵਜਾ ਕੇ ਰਜਿਆ ਨਹੀਂ, ਬਦਨਾਮ ਮੈਨੂੰ ਜਗਤ ਕੀਤਾ ਈ, ਬਦਨਾਮ ਮੈਨੂੰ ਜਗਤ ਕੀਤਾ ਈ, ਭਰਮ ਗਵਾ ਕੇ ਰਜਿਆ ਨਹੀਂ, ਲਾਣਾ ਕੇ ਆ ਮੈਥੇ ਤੇਰਾ, ਉਹ ਬੋਲੋ ਖਸਾ ਕੇ ਵੀ ਰਜਿਆ ਨਹੀਂ, ਗੁਲਾਮੀ ਦਾ ਇਹੋ ਅਜਰ ਦਿੱਤਾ ਈ, ਗੁਲਾਮੀ ਦਾ ਇਹੋ ਅਜਰ ਦਿੱਤਾ ਈ, ਮੈਨੂੰ ਰੁਆ ਕੇ ਰਜਿਆ ਨਹੀਂ, ਹਿਜਰ ਦੇ ਖੂਹ ਵਿੱਚ ਸੱਟ ਕੇ ਮੈਨੂੰ, ਹਿਜਰ ਦੇ ਖੂਹ ਵਿੱਚ ਸੱਟ ਕੇ ਮੈਨੂੰ, ਜ਼ੁਲਮ ਵਸਾ ਕੇ ਰਜਿਆ ਨਹੀਂ,
प्यार जुलम नजायज नहीं वो प्यार मजरी प्यार जुलम ता वाह मजरी प्यार जुलम ता जायज भी नहीं वो मैनू सता के रजिया नहीं पिनन दा मैनू बल भी ना वो खैर पिना के रजिया नहीं रशीद अना मेरी अजमत आई रशीद अना मेरी अजमत आई वो इज्जत लुटा के रजिया नहीं सांझा मुका के रजिया नहीं सांगा पुणा के रजिया नहीं जनाब चले असी शहर बाबा रशीद करमपुरी साहब नाल मुलाकात हुई अगे गड्डी बैठे ने साई अमजद मंसूर मलंगी साहब उन्होंने चलते हैं शहर पहुंचे हैं उस्ताद अमजद मंसूर के नाल ते नाल बाबा रशीद चाचड़ साहब भी शहर साहब भी नाल ते शहर पहुंचे ते गड्डी दा जड़ा ना थोड़ा जिहा मसला आई पिया बेल्ट त्रुट गया वो पवेंदे पे लग ते लगदी पई साहब ने चेक किया तो पावर स्टेयरिंग वाला बेल्ट त्रुट होया ही वो चेंज कर दे गड्डी ओके हो गई हुण असीं चले आ वापस शहर पहुंचे हैं रास्ता होया मजर बस लूने वाले का सिंगर मजर बस उन्होंने साढ़े को आ रहे शहरी ਉਹਦੇ ਨਾਲ ਵੀ ਮੁਲਾਕਾਤ ਕਰਦੇ ਹਾਂ ਵਾਹ ਭਾਈ ਬੜੀ ਇੰਤਜ਼ਾਰ ਹੈ ਸਮਾਂ ਸਿਰ ਮਜ਼ਾ ਆ ਰਿਹਾ ਹੈ ਜੀ ਸਿੰਗਰ ਮਜ਼ਹਰ ਅਬਾਸ ਸੁਣਨ ਵਾਲਾ ਮਿਲ ਕੇ ਬੜੀ ਖੁਸ਼ੀ ਹੋਈ ਇਹਨਾਂ ਨਾਲ ਜੀ ਬਹੁਤ ਮੈਂ ਪਹੁੰਚਾਇਆ ਹੁਣ ਜੀ ਆਪਣੇ ਘਰ ਅਤੇ ਅੱਜ ਮੁਲਾਕਾਤ ਹੋਈ ਸ਼ਹਿਰ ਰਸ਼ੀਦ ਕਰਮਪੁਰੀ ਸਾਹਿਬ ਨਾਲ ਅਮਜਦ ਮਨਸੂਰ ਮਲੰਗੀ ਸਾਹਿਬ ਨਾਲ ਮਜ਼ਹਰ ਅਬਾਸ ਲੁਣਿਆਲਾ ਸਾਹਿਬ ਨਾਲ ਇਹਨਾਂ ਦਾ ਦਿਲ ਦੀ ਅਥਾਹ ਗਹਿਰਾਈਓ ਤੋਂ ਮਸ਼ਕੂਰ ਹਾਂ ਜੀ ਇਹਨਾਂ ਬਹੁ ਸਾਨੂੰ ਇੱਜ਼ਤ ਦਿੱਤੀ ਹੈ ਬਹੁ ਇਹਨਾਂ ਇਖਲਾਕ ਪਿਆਰ ਦਿੱਤਾ ਹੈ ਇਹਨਾਂ ਦਾ ਬਹੁ ਬਹੁ ਸ਼ੁਕਰੀਆ ਅੱਜ ਦੀ ਵੀਡੀਓ ਇੱਥੇ ਥੈਂਕ ਕਰਨੇ ਐਂਡ ਇਨਸ਼ਾਅੱਲਾ ਮਿਲ ਸੋ ਨਵੀਂ ਵੀਡੀਓ ਨਾਲ ਅੱਲਾ ਹਾਫਿਜ਼